ਨਸ਼ੇੜੀ ਪੁੱਤ ਦੇ ਵੱਲੋਂ ਹੈਰਾਨ ਕਰ ਦੇਣ ਵਾਲਾ ਕਾਰਨਾਮਾ ਕੀਤਾ ਗਿਆ, ਜਿਸ ਨੇ ਕਿ ਪਹਿਲਾਂ ਤਾਂ ਆਪਣੇ ਘਰ ਦੇ ਵਿੱਚ ਹੀ ਅੱਗ ਲਗਾਈ। ਹਾਲਾਂਕਿ ਅੱਗ ਲਗਾਉਣ ਤੋਂ ਬਾਅਦ ਜਦੋਂ ਘਰ ਸੜ ਕੇ ਸਾਰਾ ਸਵਾਹ ਹੋ ਗਿਆ ਤਾਂ ਛੱਤ ਦੇ ਵਿੱਚ ਪਏ ਗਾਡਰ ਅਤੇ ਬਾਲੇ ਵੀ ਕੱਢ ਕੇ ਉਸਨੇ ਵੇਚ ਦਿੱਤੇ। ਪਰਿਵਾਰ ਦਾ ਕਹਿਣਾ ਹੈ ਕਿ ਉਸਦੇ ਵੱਲੋਂ ਲਗਾਤਾਰ ਘਰ ਦੇ ਵਿੱਚ ਆਪਣੇ ਹਿੱਸੇ ਦੀ ਮੰਗ ਕੀਤੀ ਜਾ ਰਹੀ ਸੀ, ਜਾਇਦਾਦ ਦੇ ਵਿੱਚੋਂ ਹਿੱਸਾ ਮੰਗਿਆ ਜਾ ਰਿਹਾ ਸੀ। ਪਰ ਪਰਿਵਾਰ ਦਾ ਕਹਿਣਾ ਸੀ ਕਿ ਉਹ ਉਸਨੂੰ ਜਲਦ ਹੀ ਉਸਦਾ ਹਿੱਸਾ ਦੇ ਦੇਣਗੇ, ਪਰ ਉਸਦੇ ਕੋਲੋਂ ਇੰਤਜ਼ਾਰ ਨਹੀਂ ਹੋਇਆ ਅਤੇ ਉਸਨੇ ਉਠਾ ਕੇ ਘਰ ਦੇ ਵਿੱਚ ਹੀ ਅੱਗ ਲਗਾ ਦਿੱਤੀ। ਹਾਲਾਂਕਿ ਨਸ਼ੇ ਦਾ ਇਹ ਆਦੀ ਦੱਸਿਆ ਜਾ ਰਿਹਾ ਹੈ, ਜਿਸਨੇ ਕਿ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਆਪਣੇ ਹੀ ਘਰ ਨੂੰ ਅੱਗ ਲਗਾ ਦਿੱਤੀ। ਤਾਂ ਬੇਹੱਦ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ ਕਿ ਕਿਸ ਕਦਰ ਨਸ਼ੇ ਦੀ ਪੂਰਤੀ ਦੇ ਲਈ ਬੰਦਾ ਜੋ ਹੈ ਉਹ ਆਪਣੇ ਘਰ ਦੇ ਵਿੱਚ ਹੀ ਅੱਗ ਲਗਾ ਕੇ ਆਪਣੇ ਘਰ ਦੇ ਹੀ ਸਮਾਨ ਨੂੰ ਵੇਚ ਦਿੰਦਾ ਅਤੇ ਪਿਤਾ ਦੇ ਵੱਲੋਂ ਰੋ ਰੋ ਕੇ ਹੁਣ ਇਹੀ ਗੁਹਾਰ ਲਗਾਈ ਜਾ ਰਹੀ ਹੈ ਕਿ ਕੋਈ ਵੀ ਉਹਨਾਂ ਦੇ ਬੇਟੇ ਨੂੰ ਆ ਕੇ ਸਮਝਾ ਦੇਵੇ ਕਿ ਉਹ ਨਸ਼ਾ ਛੱਡ ਦੇਵੇ। ਪਰ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਉਹਨਾਂ ਦੇ ਬੇਟੇ ਦੇ ਵੱਲੋਂ ਪਹਿਲਾਂ ਤਾਂ ਕੁੱਟਮਾਰ ਵੀ ਕੀਤੀ ਜਾਂਦੀ ਸੀ, ਪਰ ਹੁਣ ਉਸਨੇ ਹੱਦਾਂ ਹੀ ਪਾਰ ਕਰ ਦਿੱਤੀਆਂ, ਆਪਣੇ ਘਰ ਦੇ ਵਿੱਚ ਹੀ ਅੱਗ ਲਗਾ ਦਿੱਤੀ। ਫਿਲੌਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਨਸ਼ੇੜੀ ਪੁੱਤ ਦੇ ਵੱਲੋਂ ਇਹ ਕਾਰਾ ਕੀਤਾ ਗਿਆ। ਆਪਣੇ ਦੋਸਤਾਂ ਦੇ ਨਾਲ ਮਿਲ ਕੇ ਕਿਹਾ ਜਾ ਰਿਹਾ ਕਿ ਉਸਨੇ ਇਹ ਕਾਂਡ ਕੀਤਾ। ਕੀ ਨਾਮ ਤੁਹਾਡਾ? ਮੇਰਾ ਨਾਮ ਅਵਤਾਰ ਆਮ ਹੈ ਜੀ। ਕੀ ਗੱਲ ਹੋਈ ਭਾਜੀ? ਗੱਲ ਕੀ ਹੋਣੀ ਹੈ ਜੀ, ਮਤਲਬ ਮੈਨੂੰ ਕਹਿੰਦਾ ਸੀਗਾ ਮੇਰੀ ਜਗ੍ਹਾ ਨਾ ਕਰਾ ਦੇ। ਕੌਣ ਸੀਗਾ? ਸੰਦੀਪ ਕੁਮਾਰ ਤੁਹਾਡਾ ਬੇਟਾ ਸੀ ਜੀ? ਕੀ ਕਹਿੰਦਾ? ਹਾਂਜੀ ਕਹਿੰਦਾ ਮੇਰੇ ਥਾਂ ਨਾ ਕਰਾ ਦੇ। ਹਾਂਜੀ ਤੇ ਉੱਥੇ ਬਹਿ ਕੇ ਜਾਣੀ ਕਿ ਸਮਝੌਤਾ ਹੋ ਗਿਆ ਸੀਗਾ ਥਾਣੇ ਦੇ ਵਿੱਚ। ਹਾਂਜੀ ਜਸਵਿੰਦਰ ਸਿੰਘ ਸੀਗਾ ਉਹਨਾਂ ਨੇ, ਆਪਣੇ ਖੁਸ਼ੀ ਰਾਮ ਸੀਗਾ ਸਰਪੰਚ, ਹੋਰ ਸੀ ਬੰਦੇ ਸਾਡੇ ਨਾਲ ਰਿਸ਼ਤੇਦਾਰ ਭੈਣ ਭਾਈ, ਉਹਨਾਂ ਨੇ ਕਿਹਾ ਵੀ ਚਲੋ ਤੁਹਾਡਾ ਜੋ ਬਣਦਾ ਤੁਹਾਨੂੰ ਮਿਲ ਜੂਗਾ। ਸਾਡੀਆਂ ਦੋ ਦੁਕਾਨਾਂ ਮਤਲਬ ਅਸੀਂ ਆਪਣੀਆਂ ਰੱਖ ਲਈਆਂ, ਇੱਕ ਦੁਕਾਨ 'ਤੇ 3 ਕਮਰੇ ਨੂੰ ਦੇ ਦਿੱਤੇ ਪਿਛਲੇ ਵਾਲੇ। ਹਾਂਜੀ ਫਿਰ ਕੀ ਹੋਇਆ? ਫਿਰ ਕਹਿੰਦਾ ਜੀ ਮੈਨੂੰ ਪੂਰਾ ਮੇਰੇ ਪੂਰਾ ਨਾਂ ਕਰਾਓ। ਹਾਂਜੀ ਅਸੀਂ ਕਿਹਾ ਫਿਰ ਵੀ ਕੋਈ ਨਹੀਂ ਕਰਾ ਦੇਵਾਂਗੇ, ਤੂੰ ਸਾਡੇ ਨਾਲ ਲੜਾਈ ਝਗੜਾ ਨਾ ਕਰ। ਹਾਂਜੀ ਇਹਨੇ ਬਾਅਦ ਲੜਾਈ ਝਗੜਾ ਬਹੁਤ ਕੀਤਾ ਸਾਡੇ ਨਾਲ। ਹਾਂਜੀ ਤੁਸੀਂ ਕੀ ਕੀਤਾ ਉਹਨਾਂ ਨੇ? ਬਸ ਕੀਤਾ ਕਿ ਮੈਨੂੰ ਮਾਨ ਕੁੱਟਣਾ ਹੁੰਦਾ ਸੀ ਘਰੇ। ਹਾਂਜੀ ਫਿਰ ਹੋਰ ਮੁੰਡੇ ਵੀ ਨਾਲ ਲੈ ਕੇ ਆਉਂਦਾ ਸੀਗਾ। ਹਾਂ ਫਿਰ ਅੱਗ ਦਾ ਅੱਗੇ ਵੀ ਉਹਨੇ ਮੰਨ ਲਓ ਇੱਥੇ ਅਸੀਂ ਹੈ ਨਹੀਂ ਸੀਗੇ, ਸਾਨੂੰ ਕਿਸੇ ਬੰਦੇ ਨੇ ਦੱਸਿਆ ਵੀ ਤੁਹਾਡੇ ਕਮਰੇ ਨੂੰ ਅੱਗ ਲੱਗਤੀ ਆ। ਨਾਲ ਸੁੱਖਾ ਨੰਗਲ ਦਾ ਆਪਣੇ ਆਹੀ ਮੁੰਡਾ ਜਿਹੜਾ ਨਸ਼ੇ ਪੱਤੇ ਕਰਦਾ, ਅੱਗੇ 2-3 ਵਾਰੀ 4-5 10 ਵਾਰੀ ਫੜਿਆ ਵੀ ਹੈਗਾ। ਸਾਡੇ ਬੱਚੇ ਨੇ ਚੋਰੀ ਵੀ ਨਹੀਂ ਕੀਤੀ ਅੱਜ ਤੱਕ, ਕਿ ਆਪਣੀ ਮਿਹਨਤ ਕਰਦਾ ਸੀਗਾ ਉਹਨਾਂ ਨਾਲ ਰਲ ਕੇ। ਕਾਰੀਗਰ ਵੀ ਆ ਕਹਿੰਦੇ ਪੈਂਚਰ ਪੁੰਚਰ? ਹਾਂਜੀ ਹਾਂਜੀ ਬਹੁਤ ਕਾਰੀਗਰ ਆ ਜੀ, ਆਪਣੇ ਕੋਲ 70-80 ਗੱਡੀਆਂ ਕੰਮ ਕਰਦੀਆਂ ਸੀ ਜੀ। ਓਕੇ ਓਕੇ ਹਾਂਜੀ। ਕੀ ਪ੍ਰਸ਼ਾਸਨ ਨੇ ਹੁਣ ਕੀ ਕੀਤਾ ਤੁਹਾਡੇ? ਹਾਂਜੀ ਪ੍ਰਸ਼ਾਸਨ ਨੇ, ਪ੍ਰਸ਼ਾਸਨ ਨੇ ਕੀ ਕਰਨਾ ਸੀਗਾ ਜੀ, ਹੁਣ ਉਹਨਾਂ ਨੇ ਉੱਥੇ ਬਿਠਾਲੇ ਹੋਏ ਆ, ਕਹਿੰਦੇ ਜੀ ਅਸੀਂ ਉਹਨਾਂ ਦੇ ਪਰਚਾ ਕਰ ਦੇਵਾਂਗੇ। ਓਕੇ ਓਕੇ ਹਾਂਜੀ। ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਤੋਂ ਮੰਗ ਅਸੀਂ ਕੁਛ ਨਹੀਂ ਕਰਦੇ, ਅਸੀਂ ਤਾਂ ਇਹ ਗੱਲ ਕਹਿੰਦੇ ਹਾਂ ਵੀ ਇਹਨੂੰ ਸਮਝਾ ਦਿਓ, ਜੇ ਸਮਝਦਾ ਤਾਂ ਆਪਣਾ ਆਪ ਸੰਭਲ ਲਵੇ, ਬੱਚੇ ਆ ਖਰਾਬ ਹੋਣਗੇ ਫਾਇਦਾ ਕੋਈ ਨਹੀਂ ਹੈਗਾ। ਜਿਹੜੀ ਛੱਤ ਡਿੱਗੀ ਉਹਦੇ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ? ਹਾਂਜੀ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ? ਪ੍ਰਸ਼ਾਸਨ ਸੋਚੇ ਜੀ ਉਹਦੇ ਬਾਰੇ।